जंगबाज साम्राज्य मुर्दाबाद मुर्दाबाद मुर्दाबाद। जिहड़ा रूस ने यूक्रेन दे उत्ते हमला किया उहदा विरोध करन लई और यूक्रेन दे लोकां नाल इक मुड़ता प्रगट करन लई सारे पंजाब च मुजाहरे किए जा रहे। असीं इह समझदे हां वी इह इक निहक्की जंग जिहड़ी आ ਉਹ ਯੂਕਰੇਨ ਦੇ ਲੋਕਾਂ ਦੇ ਉੱਤੇ ਜਿਹੜੀ ਆ ਰੂਸ ਵੱਲੋਂ ਥੋਪੀ ਗਈ ਆ। ਜਿਹੜੀਆਂ ਇਹ ਜੰਗਾਂ ਜਿਹੜੀਆਂ ਨੇ ਲਾਈਆਂ ਜਾ ਰਹੀਆਂ ਨੇ ਆਪਾਂ ਪਿਛਲੇ 15-20 ਸਾਲ 'ਚ ਵੇਖਦੇ ਹਾਂ। ਸਾਮਰਾਜੀਆਂ ਨੇ ਤੇਲ ਲੁੱਟਣ ਲਈ ਇਰਾਕ ਨੂੰ ਬਰਬਾਦ ਕੀਤਾ, ਸੀਰੀਆ ਨੂੰ ਬਰਬਾਦ ਕੀਤਾ, ਅਫਗਾਨਿਸਤਾਨ ਨੂੰ ਬਰਬਾਦ ਕੀਤਾ ਔਰ ਹੁਣ ਜਿਹੜਾ ਉਹ ਇਸੇ ਲੜਾਈ ਦੇ ਤਹਿਤ ਹੀ ਯੂਕਰੇਨ ਦੇ ਕੁਦਰਤੀ ਜਿਹੜੇ ਸਾਧਨ ਨੇ ਉਹਨਾਂ ਨੂੰ ਲੁੱਟਣ ਲਈ ਦੋਵੇਂ ਤਰ੍ਹਾਂ ਦੇ ਸਾਮਰਾਜੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਉੱਥੇ ਜੰਗ ਦਾ ਜਿਹੜਾ ਆਗਾਜ਼ ਉਹਨਾਂ ਨੇ ਕਰਾ ਦਿੱਤਾ ਹੈ। ਯੂਕਰੇਨ ਅਤੇ ਰੂਸ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਇਸੇ ਦੌਰਾਨ ਦੋਵਾਂ ਮੁਲਕਾਂ ਦੇ ਵਿਚਕਾਰ ਤਣਾਅ ਹੋਰ ਵੀ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਦੀ ਜਾਨ ਵੀ ਖਤਰੇ 'ਚ ਪਈ ਹੋਈ ਹੈ, ਜਿਸ ਦੇ ਖਿਲਾਫ ਹੁਣ ਪੰਜਾਬ ਵਿੱਚੋਂ ਵੀ ਆਵਾਜ਼ ਬੁਲੰਦ ਹੋ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਦੋ ਮੁਲਕਾਂ ਦੀ ਲੜਾਈ ਦੇ ਵਿੱਚ ਆਮ ਲੋਕਾਂ ਦੀ ਜਾਨ ਜਾ ਰਹੀ ਹੈ, ਇਸ ਲਈ ਇਹ ਜੰਗ ਬੰਦ ਹੋਣੀ ਚਾਹੀਦੀ ਹੈ। ਮੈਂ ਸੁਖਦੇਵ ਸਿੰਘ ਸੈਂਸਰਾ, ਜ਼ਿਲ੍ਹਾ ਪ੍ਰਧਾਨ ਜੂਥ ਵਿੰਗ ਕਿਰਤੀ ਕਿਸਾਨ ਯੂਨੀਅਨ। ਇਸ ਸੰਬੰਧ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਜਿਹੜੇ ਯੂਕਰੇਨ ਦੇ ਵਿੱਚ ਜੰਗ ਲੱਗੀ ਆ, ਜਿਹੜੇ ਰੂਸ ਨੇ ਜਿਹੜਾ ਯੂਕਰੇਨ 'ਤੇ ਹਮਲਾ ਕੀਤਾ ਆ, ਉਹਦੇ ਵਿਰੋਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ। ਇਹ ਦੋ ਸਾਮਰਾਜੀ ਦੇਸ਼ਾਂ ਦੀ ਲੜਾਈ ਆ, ਜਿਹਦੇ ਵਿੱਚ ਬੇਰੁਜ਼ਗਾਰ ਬੇਕਸੂਰ ਲੋਕ ਜਿਹੜੇ ਆ ਉਹ ਮਾਰੇ ਜਾ ਰਹੇ ਆ ਔਰ ਅਸੀਂ ਉਹਦਾ ਵਿਰੋਧ ਕਰਨ ਲਈ ਜਿਹੜਾ ਅੱਜ ਇੱਥੇ ਇਕੱਠੇ ਹੋਏ ਹਾਂ। ਮੈਂ ਜਤਿੰਦਰ ਸਿੰਘ ਛੀਨਾ, ਸੂਬਾ ਪ੍ਰੈਸ ਸਕੱਤਰ ਕਿਰਤੀ ਕਿਸਾਨ ਯੂਨੀਅਨ। ਅੱਜ ਕਿਸ ਸੰਬੰਧ ਵਿੱਚ ਅਸੀਂ ਅੱਜ ਸਾਰੇ ਪੰਜਾਬ 'ਚ ਸਾਡੇ ਵੱਲੋਂ ਜਿਹੜਾ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਉਹਦਾ ਵਿਰੋਧ ਕਰਨ ਲਈ ਔਰ ਯੂਕਰੇਨ ਦੇ ਲੋਕਾਂ ਨਾਲ ਇੱਕ ਮੁੜਤਾ ਪ੍ਰਗਟ ਕਰਨ ਲਈ ਸਾਰੇ ਪੰਜਾਬ 'ਚ ਮੁਜ਼ਾਹਰੇ ਕੀਤੇ ਜਾ ਰਹੇ। ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਨਿਹੱਕੀ ਜੰਗ ਜਿਹੜੀ ਆ ਉਹ ਯੂਕਰੇਨ ਦੇ ਲੋਕਾਂ ਦੇ ਉੱਤੇ ਜਿਹੜੀ ਆ ਰੂਸ ਵੱਲੋਂ ਥੋਪੀ ਗਈ ਆ। ਇਸ ਜੰਗ ਲਈ ਦੁਨੀਆ ਭਰ ਦੇ ਸਾਮਰਾਜੀ ਜਿਹੜੇ ਆ, ਰੂਸ, ਅਮਰੀਕਾ, ਫਰਾਂਸ, ਜਰਮਨੀ ਅਤੇ ਇੱਥੋਂ ਤੱਕ ਕਿ ਜਿਹੜੀ ਯੂਕਰੇਨ ਦੀ ਸਰਕਾਰ ਆ, ਜਿਹੜਾ ਉਹਨਾਂ ਦਾ ਰਾਸ਼ਟਰਪਤੀ ਆ, ਇਹ ਸਾਰੇ ਜਿਹੜੇ ਆ ਇਹਦੇ ਲਈ ਜ਼ਿੰਮੇਵਾਰ ਨੇ। ਇਹ ਸਾਰੀ ਦੀ ਸਾਰੀ ਜੰਗ ਜਿਹੜੀ ਆ, ਜਿਸ ਤਰ੍ਹਾਂ ਕਾਮਰਡ ਲੈਨਲ ਨੇ ਕਿਹਾ, ਵੇਅਰ ਦੇਅਰ ਇਜ਼ ਅੰਪੀਰੀਅਲਿਜ਼ਮ ਦੇਅਰ ਇਜ਼ ਵਾਰ। ਜਿੱਥੇ ਜਿੱਥੇ ਜਿੰਨਾ ਚਿਰ ਸਾਮਰਾਜ ਰਹੂਗਾ ਉਹ ਆਪਣੀ ਲੁੱਟ ਨੂੰ ਕਾਇਮ ਰੱਖਣ ਲਈ ਜੰਗਾਂ ਜਿਹੜੀਆਂ ਲਾਉਂਦਾ, ਉਹ ਵੱਖ ਵੱਖ ਕੌਮਾਂ ਦੇ ਜਿਹੜੇ ਸਾਧਨ ਨੇ, ਕੁਦਰਤੀ ਸਾਧਨ ਨੇ ਜਿਹੜੇ, ਉਹਨਾਂ ਨੂੰ ਲੁੱਟਣ ਲਈ ਜਿਹੜੀਆਂ ਇਹ ਜੰਗਾਂ ਜਿਹੜੀਆਂ ਨੇ ਲਾਈਆਂ ਜਾ ਰਹੀਆਂ ਨੇ ਆਪਾਂ ਪਿਛਲੇ 15-20 ਸਾਲ 'ਚ ਵੇਖਦੇ ਹਾਂ। ਸਾਮਰਾਜੀਆਂ ਨੇ ਤੇਲ ਲੁੱਟਣ ਲਈ ਇਰਾਕ ਨੂੰ ਬਰਬਾਦ ਕੀਤਾ, ਸੀਰੀਆ ਨੂੰ ਬਰਬਾਦ ਕੀਤਾ, ਅਫਗਾਨਿਸਤਾਨ ਨੂੰ ਬਰਬਾਦ ਕੀਤਾ ਔਰ ਹੁਣ ਜਿਹੜਾ ਉਹ ਇਸੇ ਲੜਾਈ ਦੇ ਤਹਿਤ ਹੀ ਯੂਕਰੇਨ ਦੇ ਕੁਦਰਤੀ ਜਿਹੜੇ ਸਾਧਨ ਨੇ ਉਹਨਾਂ ਨੂੰ ਲੁੱਟਣ ਲਈ ਦੋਵੇਂ ਤਰ੍ਹਾਂ ਦੇ ਸਾਮਰਾਜੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਉੱਥੇ ਜੰਗ ਦਾ ਜਿਹੜਾ ਆਗਾਜ਼ ਉਹਨਾਂ ਨੇ ਕਰਾ ਦਿੱਤਾ ਹੈ ਔਰ ਉੱਥੇ ਬੱਚੇ ਮਰ ਰਹੇ ਨੇ, ਉੱਥੇ ਔਰਤਾਂ ਜਿਹੜੀਆਂ ਨੇ ਮਰ ਰਹੀਆਂ ਨੇ, ਉੱਥੇ ਆਮ ਸ਼ਾਂਤੀ ਪਸੰਦ ਲੋਕ, ਮਿਹਨਤਕਸ਼ ਲੋਕ ਜਿਹੜੇ ਆ ਉਹ ਮਰ ਰਹੇ ਨੇ। ਕੀ ਤੁਸੀਂ ਜ਼ਿੰਮੇਵਾਰ ਦੋਨਾਂ ਸਰਕਾਰਾਂ ਨੂੰ ਸਮਝਦੇ ਯੂਕਰੇਨ ਅਤੇ ਰੂਸ ਜੰਗ ਦੇ ਵਿੱਚ? ਬਿਲਕੁਲ ਜੀ, ਦੋਨੇ ਸਰਕਾਰਾਂ ਜਿਹੜੀਆਂ ਨੇ, ਰੂਸ ਅਸਲ ਖਹਿ ਜਿਹੜੀ ਆ ਉਹ ਰੂਸ, ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਖਹਿ ਆ। ਰੂਸ ਯੂਕਰੇਨ ਦੇ ਕੁਦਰਤੀ ਸਾਧਨਾਂ ਨੂੰ ਰੂਸ ਵੀ ਲੁੱਟਣਾ ਚਾਹੁੰਦਾ ਹੈ ਅਤੇ ਅਮਰੀਕਾ ਅਤੇ ਯੂਰਪੀਅਨ ਦੇਸ਼ ਜਿਹੜੇ ਆ ਫਰਾਂਸ ਅਤੇ ਜਰਮਨੀ ਦੀ ਅਗਵਾਈ 'ਚ ਉਹ ਵੀ ਉਹਨਾਂ ਦੇ ਸਾਧਨਾਂ ਨੂੰ ਲੁੱਟਣਾ ਚਾਹੁੰਦੇ ਆ ਔਰ ਜਿਹੜੀ ਇਸ ਕਰਕੇ ਦੋਵੇਂ ਹੀ ਸਾਮਰਾਜੀ ਸ਼ਕਤੀਆਂ ਆਪਣੀ ਲੁੱਟਣ ਦੀ ਲਾਲਸਾ ਦੇ ਤਹਿਤ ਉੱਥੇ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉੱਥੋਂ ਦੀ ਸਰਕਾਰ ਨੇ, ਉੱਥੋਂ ਦੇ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਆ ਵੀ ਉਹ ਅਮਰੀਕਾ ਅਤੇ ਦੂਜੇ ਦੇਸ਼ਾਂ ਵੱਲ ਝੁਕਿਆ ਔਰ ਰੂਸ ਨੇ ਆਪਣੀ ਜਿਹੜੀ ਸ਼ਕਤੀ ਆ
ਉਹਦੇ ਨਾਲ ਉਹਦੇ ਉੱਤੇ ਹਮਲਾ ਕਰਕੇ ਉਹਨੂੰ ਉੱਧਰ ਜਾਣ ਤੋਂ ਰੋਕਣ ਲਈ ਉਹਨੇ ਹਮਲਾਵਰ ਰੁੱਖ ਜਿਹੜਾ ਉਹ ਅਖਤਿਆਰ ਕੀਤਾ। ਇਸ ਕਰਕੇ ਇਹਦੇ ਲਈ ਰੂਸ ਵੀ ਜ਼ਿੰਮੇਵਾਰ ਆ, ਇਹਦੇ ਲਈ ਅਮਰੀਕਾ, ਯੂਰਪੀਅਨ ਦੇਸ਼ ਖਾਸ ਕਰਕੇ ਫਰਾਂਸ ਅਤੇ ਜਰਮਨੀ ਅਤੇ ਯੂਕਰੇਨ ਦਾ ਰਾਸ਼ਟਰਪਤੀ ਜਾਂ ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਇਹਦੇ ਲਈ ਲੋਕਾਂ ਦੀ ਅੱਜ ਦੀ ਦੁਰਗਤੀ ਵਾਸਤੇ ਉਹ ਵੀ ਜਿਹੜੇ ਆ ਉਹ ਜੁੰਮ। ਦੱਸ ਦੇ ਕਿ ਰੂਸ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਉੱਥੇ ਹੀ ਭਾਰਤ ਸਰਕਾਰ ਆਪਣੇ ਫਸੇ ਭਾਰਤੀਆਂ ਨੂੰ ਕੱਢਣ ਦੇ ਲਈ ਯਤਨ ਕਰ ਰਹੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਟੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।